ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਮੰਚ ਤੇ ਡੀਡੀ ਪੰਜਾਬੀ ਤੇ। ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਵੀਜ਼ਾ ਐਕਸਪਰਟ ਸੁਖਚੈਨ ਸਿੰਘ ਰਾਹੀ ਹੋਣੀ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਗੱਲਬਾਤ ਕਰਾਂਗੇ ਉਹਨਾਂ ਬੱਚਿਆਂ ਬਾਰੇ, ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਵਿਦਿਆਰਥੀ ਯੂਕੇ ਸਟੱਡੀ ਵੀਜ਼ਾ ਲਈ ਜਾਣਾ ਚਾਹੁੰਦੇ ਨੇ, ਕੈਨੇਡਾ ਜਾਣਾ ਚਾਹੁੰਦੇ ਨੇ, ਕਿਹੜੀ ਕਿਹੜੀ ਗੱਲਾਂ ਦਾ ਅਹਤਿਆਤ ਰੱਖਣ, ਮਾਰਕੀਟ ਦੇ ਵਿੱਚ ਕੀ ਚੱਲ ਰਿਹਾ, ਘੱਟ ਨੰਬਰਾਂ ਵਾਲੇ ਬੱਚਿਆਂ ਦੇ ਕਿਵੇਂ ਕੇਸਿਸ ਅਪਲਾਈ ਹੋ ਰਹੇ ਨੇ, ਆਉਣ ਵਾਲੇ ਫਿਊਚਰ ਦੇ ਵਿੱਚ ਕੀ ਵੱਡੇ ਬਦਲਾਵ ਹੋ ਸਕਦੇ ਨੇ ਕੈਨੇਡਾ ਦੇ ਵਿੱਚ, ਯੂਕੇ ਦੇ ਵਿੱਚ ਕੀ ਖਮਿਆਜ਼ੇ ਭੁਗਤਣੇ ਪੈ ਸਕਦੇ ਨੇ ਬੱਚਿਆਂ ਨੂੰ, ਇਹਨਾਂ ਤਮਾਮ ਗੱਲਾਂ ਚਰਚਾ ਕਰਾਂਗੇ ਸੁਖਚੈਨ ਸਿੰਘ ਰਾਹੀ ਉਹਨਾਂ ਦੇ ਨਾਲ ਆਰ ਐਸ ਗਲੋਬਲ ਤੋਂ। ਕੋਈ ਸਵਾਲ ਤੁਸੀਂ ਸ਼ੋਅ ਦੇ ਦੌਰਾਨ ਪੁੱਛਣਾ ਚਾਹੁੰਦੇ ਹੋ 70590 ਨੰਬਰ 'ਤੇ ਕਾਲ ਕਰ ਸਕਦੇ ਹੋ। ਰਾਹੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਬੇਨਤੀ ਕਰਦਾ ਕਿ ਅਗਲੇ 22 ਮਿੰਟ ਇਸ ਪ੍ਰੋਗਰਾਮ ਨਾਲ ਧਿਆਨ ਨਾਲ ਜੁੜੇ ਰਹੋ। ਇਹ ਪ੍ਰੋਗਰਾਮ ਜੇ ਲਾਈਵ ਦੇਖ ਰਹੇ ਹੋ ਜਾਂ ਕੱਲ੍ਹ ਨੂੰ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਕਾਇੰਡਲੀ ਇਹ ਵਾਲਾ ਵੀਡੀਓ ਇਹ ਆਪਣੇ ਉਹਨਾਂ ਦੋਸਤਾਂ 'ਚ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਯੂਕੇ ਦੀ ਐਡਵਰਟੀਜ਼ਮੈਂਟ 'ਚ ਵੇਖ ਕੇ ਘੱਟ ਨੰਬਰਾਂ ਦੇ ਚੱਕਰਾਂ 'ਚ ਜਾਂ ਘੱਟ ਸਸਤੇ ਪੈਕੇਜ ਲਾਲਚ ਆ ਕੇ ਆਪਣਾ ਸਮਾਂ ਔਰ ਪੈਸਾ ਖਰਾਬ ਕਰ ਰਹੇ ਆ ਔਰ ਜਾ ਕੇ ਖਮਿਆਜ਼ਾ ਭੁਗਤਣਾ ਪਏਗਾ 6 ਮਹੀਨੇ ਸਾਲ ਬਾਅਦ। ਸ਼ੁਰੂਆਤ ਤੋਂ ਸ਼ੁਰੂ ਕਰਦਾ, ਜਿੰਨਾ ਕੁ ਮੈਂ ਯੂਕੇ ਦਾ ਤਜਰਬਾ ਮੈਂ ਲਿਆ, ਖੁਦ ਯੂਕੇ ਤੋਂ ਪੜ੍ਹਿਆ, ਖੁਦ ਯੂਕੇ ਤੋਂ ਰਿਫਿਊਜ਼ ਹੋਇਆ, ਯੂਕੇ ਦੇ ਤੋਂ ਹੀ ਆਪਣੇ ਇਸ ਪ੍ਰੋਫੈਸ਼ਨ ਦੀ ਸ਼ੁਰੂਆਤ ਕੀਤੀ 2008 ਦੇ ਵਿੱਚ। ਯੂਕੇ ਇੱਕ ਇਹੋ ਜਿਹਾ ਮੁਲਕ ਹੈ ਕਿ ਇਹੋ ਜਿਹੀ ਕੰਟਰੀ ਹੈ ਜਿਹਨੂੰ ਬਰਤਾਨੀਆ ਸਰਕਾਰ ਕਹਿੰਦੇ ਔਰ ਹਿੰਦੁਸਤਾਨ 'ਤੇ 100 ਸਾਲ ਤੋਂ ਉੱਪਰ ਰਾਜ ਕੀਤਾ, ਦੁਨੀਆ ਭਰ 'ਚ ਰਾਜ ਕੀਤਾ ਇਹਨਾਂ ਨੇ ਔਰ ਜਿੰਨਾ ਕਿ ਹਿੰਦੁਸਤਾਨੀਆਂ ਨੂੰ, ਪੰਜਾਬੀਆਂ ਨੂੰ, ਇੰਡੀਅਨ ਕਮਿਊਨਿਟੀ ਨੂੰ ਨੇੜਿਓਂ ਜਾਣਦੇ ਇਹ ਲੋਕ, ਇੰਨਾ ਹੋਰ ਕੋਈ ਮੁਲਕ ਨਹੀਂ ਜਾਣਦਾ। ਇਹ ਆਸਟ੍ਰੇਲੀਆ ਜਾਂ ਕੈਨੇਡਾ ਨਹੀਂ ਆ। ਆਪਾਂ ਆਫ ਦਾ ਰਿਕਾਰਡ ਵੀ ਗੱਲ ਕਰ ਰਹੇ ਸੀ ਕਿ ਜਿਨ੍ਹਾਂ ਬੱਚਿਆਂ ਦੇ 60% ਨੰਬਰ ਨਹੀਂ ਵੀ ਹੈਗੇ, ਇੱਕ ਬੱਚਾ ਸਿੰਗਾਪੁਰ ਜਾਣ ਲਈ ਵੀ ਕਾਬਲ ਨੀਗਾ, ਸਾਈਪ੍ਰਸ ਜਾਣ ਲਈ ਵੀ ਕਾਬਲ ਨੀਗਾ, ਉਹਨੂੰ ਵੀ ਯੂਕੇ ਦੇ ਸੁਪਨੇ ਵਿਖਾ ਕੇ ਪੈਕੇਜ ਬਣਾ ਬਣਾ ਵੇਚਿਆ ਜਾ ਰਿਹਾ। ਹੁਣ ਇੱਕ ਗੱਲ ਦਿਮਾਗ 'ਚ ਪਾ ਲਿਓ, ਯੂਕੇ ਸਰਕਾਰ ਕਹਿੰਦੀ ਤੁਹਾਡੇ ਅੰਗਰੇਜ਼ੀ ਨੰਬਰ 60% ਚਾਹੀਦੇ ਆ ਜਾਂ ਆਇਲਸ 6 ਬੈਂਡ ਓਵਰਆਲ 5.5 ਚਾਹੀਦੇ ਆ ਜਾਂ PT ਵਿੱਚੋਂ 52 ਨੰਬਰ ਚਾਹੀਦੇ ਆ ਜਾਂ UKVI ਟੈਸਟ ਵਿੱਚੋਂ 4.5 ਤੋਂ 5 ਬੈਂਡ ਚਾਹੀਦੇ ਆ। ਆਹਨਾਂ ਚਾਰਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਹੋਣੀ ਜ਼ਰੂਰੀ ਹੈ। ਹੁਣ ਜੇ ਤੁਹਾਡੇ ਆਇਲਸ ਬੈਂਡ ਵੀ ਨਹੀਂ ਹੈਗੇ, PT ਵੀ ਨਹੀਂ ਕੀਤਾ, UKVI ਟੈਸਟ ਵੀ ਨਹੀਂ ਦਿੱਤਾ ਤਾਂ ਨੰਬਰ ਵੀ 60% ਘੱਟ ਹੈ, ਫਿਰ ਯੂਕੇ ਜਾਂ ਬੜੇ ਸੋਚਣ ਦੀ ਲੋੜ ਨਹੀਂ। ਜੇ ਕੋਈ ਕੰਸਲਟੈਂਟ ਕੇਸ ਲੈ ਰਿਹਾ, ਆਪਾਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ, ਜਲੰਧਰ ਮੋਹਾਲੀ ਦੀਆਂ ਕਈ ਇਹੋ ਜਿਹੀਆਂ ਕੰਪਨੀਆਂ ਨੇ ਜਿਹੜੇ ਬੱਚਿਆਂ ਦੇ 12ਵੀਂ ਦੇ ਸਰਟੀਫਿਕੇਟ ਵਿੱਚ ਹੇਰ ਫੇਰ ਕਰਕੇ ਕਰਨਾ ਕਿ ਇੱਕ ਸੋਫਟਵੇਅਰ 'ਚ ਜਾ ਕੇ ਨੰਬਰ ਹੀ ਚੇਂਜ ਕਰਨੇ, ਉਹ ਚੇਂਜ ਕਰਕੇ ਦਾਖਲਾ ਲਿਆ ਜਾ ਰਿਹਾ। ਯੂਨੀਵਰਸਿਟੀ ਦੀ ਅੱਖਾਂ 'ਚ ਘੱਟਾ ਪਾ ਕੇ ਵੀਜ਼ਾ ਲੈ ਲਓਗੇ, ਯੂਨੀਵਰਸਿਟੀ ਤੋਂ ਬਾਅਦ ਐਮਬੈਸੀ ਦੀ ਅੱਖਾਂ 'ਚ ਘੱਟਾ ਪਾ ਕੇ ਵੀਜ਼ਾ ਲੈ ਲਓਗੇ, ਬਟ ਜਦੋਂ ਉਹਨਾਂ ਨੇ ਸੋਫਟਵੇਅਰ ਚੱਲਿਆ ਨਾ, 6 ਮਹੀਨੇ ਬਾਅਦ, ਸਾਲ ਬਾਅਦ ਵਾਪਸ ਆਉਂਗੇ। ਆਪਾਂ ਸੱਪ ਸੀਡੀ ਖੇਡਦੇ ਨਾ ਛੋਟੇ ਹੁੰਦੇ ਆ, 99 ਜਾ ਕੇ ਸੱਪ ਡੰਗ ਮਾਰਦਾ, ਫਿਰ ਬੰਦਾ ਜਾ ਕੇ 3 'ਤੇ ਆ ਜਾਂਦਾ, ਮੁੜ ਕੇ ਖੀਚ ਜਾ ਕੇ ਖਿੱਚ ਕੇ ਵਾਪਸ ਲੈ ਆਉਣਾ। ਅਤੇ ਯੂਕੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ, ਆਸਟ੍ਰੇਲੀਆ ਵਾਂਗ, ਕੈਨੇਡਾ ਵਾਂਗ ਇੱਥੇ ਉਹ ਹੇਰਾ ਫੇਰੀਆਂ ਨਹੀਂ ਚੱਲਣੀਆਂ, ਕਿਉਂਕਿ ਉੱਥੇ ਜ਼ਿਆਦਾ ਪਾਪੂਲੇਸ਼ਨ ਚਲੇ ਵੀ ਜਾਏ, ਜੇ 3 ਲੱਖ ਬੰਦਾ ਕੈਨੇਡਾ ਚਲੇ ਵੀ ਜਾਵੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਬਹੁਤ ਵੱਡੀ ਕੰਟਰੀ ਹੈ। ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਉਹਨਾਂ ਬੱਚਿਆਂ ਨੂੰ, ਮਾਂ ਪਿਓ ਨੂੰ, ਅਗਰ ਐਲੀਜੀਬਿਲਟੀ ਨਹੀਂ ਬਣਦੀ ਕੋਈ ਵੀ ਡਾਕੂਮੈਂਟ ਨਾਲ ਹੇਰਾ ਫੇਰੀ ਕਰਕੇ ਜਾਂ ਫੰਡ 'ਚ ਜੁਗਾੜਬੰਦੀ ਕਰਨ ਕਰਕੇ ਜਾਂ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟ ਫੇਕ ਬਣਾਉਣ ਦੇ ਚੱਕਰਾਂ 'ਚ ਵੀਜ਼ਾ ਅਪਲਾਈ ਨਾ ਕਰਿਓ। ਆਪਣਾ ਵੀਜ਼ਾ ਰਿਫਿਊਜ਼ ਕਰੋਗੇ ਕਰੋਗੇ ਨਾਲ ਆਪਣੇ ਜਿਹੜੇ ਅਗਲੇ ਤੁਹਾਡੇ ਭੈਣ ਭਰਾ ਹੋਰ ਜਿਹੜੇ 1-2 ਸਾਲ ਯੂਕੇ ਜਾ ਸਕਦੇ ਉਹ ਵੀ ਰਸਤਾ ਬੰਦ ਕਰ ਦੋਗੇ। ਸੋ ਹੱਥ ਬੰਨ ਕੇ ਬੇਨਤੀ ਉਹਨਾਂ ਕੰਸਲਟੈਂਟ ਭਰਾਵਾਂ ਅੱਗੇ ਵੀ ਹੈ, 2012 ਤੋਂ ਬਾਅਦ ਫਿਰ ਅੱਜ 6-7 ਸਾਲਾਂ ਬਾਅਦ ਯੂਕੇ ਨੇ ਦਰਵਾਜ਼ੇ ਖੋਲ੍ਹੇ ਆ, ਰੋਟੀ ਤੁਹਾਨੂੰ ਖਾਣ ਲਈ ਅਕਲ ਦਿੱਤੀ ਹੈ ਅਤੇ ਚੰਗੇ ਦੇ ਕੇ ਰੋਟੀ ਖਾਓ, ਸਾਰਾ ਕੁਝ ਇੱਕੋ ਕੰਮ 'ਚ ਆ ਕੇ ਸਿਸਟਮ ਅਬਿਊਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਯੂਕੇ ਜਾਣਾ ਚਾਹੁੰਦੇ ਹੋ, ਤੁਹਾਡੇ 12ਵੀਂ 'ਚੋਂ 60% ਨੰਬਰ ਆ, ਤੁਹਾਡੇ ਖਾਤੇ 'ਚ 28 ਦਿਨ ਪੁਰਾਣਾ 15-16 ਲੱਖ ਰੁਪਏ ਪਿਆ, ਦੁਨੀਆ ਦੀ ਕੋਈ ਤੱਕ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ, ਤੁਹਾਡੀ ਪੜ੍ਹਾਈ 'ਚ 2-4 ਸਾਲ ਦਾ ਗੈਪ ਹੈ, ਜੋ ਸੱਚ ਕੀਤਾ ਉਹ ਜਸਟੀਫਾਈ ਕਰ ਦਿਓ, ਜਾਲੀ ਡਿਗਰੀ ਡਿਪਲੋਮਾ ਬਣਾਉਣ ਦੀ, ਜਾਲੀ ਐਕਸਪੀਰੀਅੰਸ ਬਣਾਉਣ ਦੀ ਕੋਈ ਲੋੜ ਨਹੀਂ ਪੈਣੀ ਤੁਹਾਨੂੰ। ਅੰਬੈਸੀ ਸਿਰਫ ਸੱਚ ਮੰਗਦੀ ਹੈ। ਯੂਨੀਵਰਸਿਟੀ ਦੀ ਤੁਹਾਡੀ ਐਡਮਿਸ਼ਨ ਕਨਫਰਮ ਹੈ, ਤੁਹਾਨੂੰ ਕੈਸ ਲੈਟਰ ਮਿਲਿਆ, ਉਹਦੇ 30 ਪੁਆਇੰਟ ਹੈ, 10 ਪੁਆਇੰਟ ਤੁਹਾਡੇ ਮੇਨਟੈਨੈਂਸ ਫੰਡ ਦੇ ਆ। ਅਗਰ ਆ ਦੋ ਚੀਜ਼ਾਂ ਹੈਗੀਆਂ ਨੇ, ਕੋਈ ਫੇਕ ਕੰਮ ਕਰਨ ਦੀ ਲੋੜ ਨਹੀਂ। ਜੇ ਤੁਹਾਡੇ 60% ਨੰਬਰ ਇੰਗਲਿਸ਼ 'ਚੋਂ ਨਹੀਂ ਹੈਗੇ, ਯੂਕੇ ਦਾ ਵੀਜ਼ਾ ਅਪਲਾਈ ਨਾ ਕਰੋ, 12ਵੀਂ ਦੁਬਾਰਾ ਕਰ ਲਓ, ਆਇਲਸ ਕਰ ਲਓ, 2 ਮਹੀਨੇ ਲਾ ਕੇ ਮੇਰੇ ਕੋਲ ਆ ਜਾਓ, ਸਾਡੀ ਅਕੈਡਮੀ 'ਚ ਅਸੀਂ ਆਇਲਸ ਤੁਹਾਨੂੰ ਫ੍ਰੀ ਕਰਾ ਦਾਂਗੇ। ਫੇਕ ਪੇਪਰ ਲਾ ਕੇ ਜਾਲੀ ਕੰਮ ਕਰਕੇ ਆਪਣਾ ਭਵਿੱਖ ਖਿਲਵਾੜ ਤਾਂ ਨਾ ਕਰੋ, ਪਲੱਸ ਆਪਣੇ ਮਾਂ ਪਿਓ ਦੀ ਖੂਨ ਪਸੀਨੇ ਦੀ ਕਮਾਈ ਵੀ ਖਰਾਬ ਨਾ ਕਰਿਓ, ਪਲੱਸ ਪੰਜਾਬੀਆਂ ਦੀ ਜਿਹੜੀ ਕੌਮ ਦੇ ਸਿਰ ਦੇ ਮੂੰਹ ਦੇ ਉੱਤੇ ਨੱਕ ਦੇ ਉੱਤੇ ਧੱਬਾ ਨਾ ਲਵਾਓ ਕਿ ਫੇਕ ਕੰਮ ਕਰਨ 'ਚ ਕੌਮ ਹੋ ਰਹੀ ਹੈ। ਸੋ ਇਹ ਬੇਨਤੀ ਉਹਨਾਂ ਬੱਚਿਆਂ ਨੂੰ ਵੀ, ਉਹਨਾਂ ਦੇ ਮਾਂ ਪਿਓ ਨੂੰ ਵੀ, ਅਤੇ ਉਹਨਾਂ ਏਜੰਟ ਭਰਾਵਾਂ ਨੂੰ ਵੀ ਜੋ ਯੂਕੇ ਨੂੰ ਖੈਰ ਸਿੰਗਾਪੁਰ ਵਾਂਗੂ ਸੈਪਰਸ ਬਣਾ ਕੇ ਵਿਦਆਊਟ ਡਾਇਲ ਸੰਗ ਵੇਚ ਰਹੇ ਨੇ ਜੀ। ਸੋ ਦਰਸ਼ਕਾਂ ਦੱਸ ਦਈਏ ਕਿ ਸੁਖਚੈਨ ਸਿੰਘ ਰਾਹੀ ਹੁਣੀ ਆਰ ਐਸ ਗਲੋਬਲ ਤੋਂ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਸੋ ਰਾਈ ਸਾਹਿਬ, ਇਸ ਤੋਂ ਇਲਾਵਾ ਯੂਕੇ ਜਾਣ ਲਈ ਹੋਰ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਿਆ ਜਾਵੇ, ਜਾਂ ਫਿਰ ਕੈਨੇਡਾ ਦੀ ਗੱਲ ਕਰ ਲਈਏ, ਕੈਨੇਡਾ ਜਾਣ ਲਈ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੱਕ ਗੱਲ ਤਾਂ ਆਪਾਂ ਪੜ੍ਹ ਲਈ ਕਿ ਜੇਕਰ ਬੱਚੇ ਦੇ 60% ਨੰਬਰ ਨਹੀਂ ਹੈਗੇ ਅੰਗਰੇਜ਼ੀ 'ਚ, ਤੂੰ ਬੱਚਾ ਨਾ ਅਪਲਾਈ ਕਰੇ, ਜੇਕਰ ਕੋਈ ਏਜੰਟ ਉਹਨੂੰ ਕਹਿ ਰਿਹਾ ਕਿ ਅਪਲਾਈ ਹੋ ਜੂਗਾ, ਮਤਲਬ ਕਿਤੇ ਨਾ ਕਿਤੇ ਉਹਦੇ ਦਸ
ਯੂਕੇ ਨੇ ਸਿੱਧਾ ਸਿੱਧਾ ਬੱਚੇ ਦੇ ਉੱਤੇ ਐਫ ਆਈ ਆਰ ਕਰਵਾਉਣੀ ਹੈ, ਸਿੱਧਾ ਸਿੱਧਾ ਬੱਚੇ ਦੇ ਉੱਤੇ ਪਰਚਾ ਕਰਵਾਉਣਾ ਜੀ। ਸੋ ਇਹ ਦੇਖੋ ਕਿ ਉਹ ਪਰਚੇ ਤੋਂ ਬਚਣਾ ਸੌਖਾ ਤੁਹਾਡੇ ਲਈ, ਉਹਨੇ ਏਜੰਟ ਨੂੰ ਕੁਛ ਨਹੀਂ ਕਹਿਣਾ, ਏਜੰਟ ਤਾਂ ਕਹਿੰਦਾ ਕੋਈ ਨਹੀਂ ਤੇਰੇ ਮੈਂ 45% 'ਤੇ ਵੀ ਵੀਜ਼ਾ ਲਵਾ ਦੂੰ, ਕਿਉਂ ਏਜੰਟ ਨੇ ਪੈਸੇ ਲੈਣੇ ਆ, ਤੁਹਾਡੇ 70% ਨੰਬਰ ਹੈ, ਏਜੰਟ ਨੇ ਕਹਿਣਾ ਜੀ 20,000 ਰੁਪਏ ਵੀਜ਼ੇ ਤੋਂ ਬਾਅਦ ਦੇ ਜਿਓ, ਤੁਹਾਡੇ 45% ਆ, ਏਜੰਟ ਨੇ ਕਹਿਣਾ ਮੈਂ 3,00,000 ਰੁਪਏ ਲਊਂਗਾ ਵੀਜ਼ੇ ਤੋਂ ਬਾਅਦ, ਤੁਸੀਂ ਵੀ ਦੇਣਾ ਕਿਉਂਕਿ ਤੁਹਾਨੂੰ ਪਤਾ 45% ਨੰਬਰ ਆ, ਪਰ ਤੁਹਾਡੇ ਕਾਗਜ਼ ਬਦਲ ਕੇ ਅੰਬੈਸੀ ਭੇਜੇ ਜਾਣਗੇ, ਜਦੋਂ 2-4 ਸਾਲ ਬਾਅਦ ਵਾਪਸ ਆਏ ਪਰਚਾ ਤੁਹਾਡੇ 'ਤੇ ਆਉਣਾ ਹੈ, ਡਿਪੋਰਟ ਤੁਸੀਂ ਹੋਣਾ ਹੈ, 10 ਸਾਲਾਂ ਦਾ ਬੈਨ ਤੁਹਾਡੇ 'ਤੇ ਲੱਗਣਾ ਹੈ, ਏਜੰਟ ਨੇ ਸਾਫ਼ ਸੁਥਰਾ ਬਾਹਰ ਨਿਕਲ ਜਾਣਾ। ਸੋ ਆਪਣੇ ਡਾਕੂਮੈਂਟਸ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਨਾ ਕਰੋ, ਜੇਕਰ 60% ਅੰਗਰੇਜ਼ੀ 'ਚੋਂ ਨੰਬਰ ਨਹੀਂ ਹੈਗੇ ਤਾਂ ਆਈਲੈਟਸ 6 ਬੈਂਡ ਲੈ ਲਓ, ਜੇ ਆਈਲੈਟਸ ਵੀ ਨਹੀਂ ਆ, ਨੰਬਰ ਵੀ ਨਹੀਂ ਆ, ਤਾਂ ਯੂਕੇ ਵੱਲ ਨੂੰ ਮੂੰਹ ਕਰਨ ਦੀ ਵੀ ਲੋੜ ਨਹੀਂ ਹੈ, ਵਰਨਾ ਖਮਿਆਜ਼ੇ ਮਾੜੇ ਭੁਗਤਣੇ ਪੈਣਗੇ। ਸੋ ਰਾਈ ਸਾਹਿਬ, ਇਸ ਤੋਂ ਇਲਾਵਾ ਹੋਰ ਕਿਹੜੀ ਗੱਲਾਂ ਤਿਆਰ? ਤੁਸੀਂ 4 ਲੱਖ ਛੱਡ ਕੇ ਮੈਂ ਕਹਿੰਦਾ 2 ਲੱਖ 'ਚ ਯੂਕੇ ਵੀ ਪਹੁੰਚ ਸਕਦੇ ਹੋ, ਇਹੋ ਜਿਹੀਆਂ ਕਈ ਯੂਨੀਵਰਸਿਟੀਆਂ ਸਾਡੇ ਕੋਲ ਅਵੇਲੇਬਲ ਹੈ ਜਿਨ੍ਹਾਂ 'ਚ ਕੇਵਲ 1500 ਪਾਊਂਡ ਦੇ ਕੇ ਜਾਂ 1000 ਪਾਊਂਡ ਦੇ ਕੇ ਕੈਸ਼ ਲੈਟਰ ਮਿਲ ਜਾਏਗਾ, ਕੋਈ ਗਲਤ ਕੰਮ ਨਹੀਂ ਹੈ। ਯੂਨੀਵਰਸਿਟੀ ਦੀ ਫੀਸ 12,000 ਪਾਊਂਡ ਹੈ, ਉਹ ਕਹਿੰਦੀ ਸਾਨੂੰ 1000 ਪਾਊਂਡ ਦਿਓ, ਅਸੀਂ ਤੁਹਾਨੂੰ ਕੈਸ਼ ਲੈਟਰ ਦੇ ਦਾਂਗੇ, ਪਰ ਬਾਕੀ ਦੀ ਜਿਹੜੀ 11,000 ਜਾਂ 9,000 ਪਾਊਂਡ ਫੀਸ ਹੈ ਉਹ ਜਦੋਂ ਪਹੁੰਚੋਗੇ ਜਾਂਦਿਆਂ ਦੇਣੀ ਪੈਣੀ ਹੈ। ਇੱਥੋਂ ਜੇ ਤੁਸੀਂ ਮੰਨ ਲਓ 2 ਲੱਖ ਰੁਪਏ ਖਰਚ ਕੇ ਫੀਸ ਭਰ ਕੇ, ਏਜੰਟ ਨੂੰ ਵੀ 2-3 ਲੱਖ ਰੁਪਏ ਪੂਜ ਕੇ, 4-5 ਲੱਖ ਰੁਪਏ ਦਾ ਪੈਕੇਜ ਕਰਕੇ ਯੂਕੇ ਚਲੇ ਵੀ ਜਾਂਦੇ ਹੋ, ਉੱਥੇ ਜਾ ਕੇ ਜਾਂਦਿਆਂ ਫੀਸ ਭਰਨੀ ਪੈਣੀ ਹੈ। ਐਂਡ ਇਹ ਕੈਨੇਡਾ ਨਹੀਂ ਗਾ ਜਿੱਥੇ ਤੁਸੀਂ ਕਾਲਜ ਯੂਨੀਵਰਸਿਟੀ ਚੇਂਜ ਕਰ ਸਕਦੇ ਹੋ, ਆਸਟ੍ਰੇਲੀਆ ਆਵਾਂਗੇ ਜਾਂ ਨਿਊਜ਼ੀਲੈਂਡ ਆਵਾਂਗੇ, ਇੱਥੇ ਵੀ ਕਾਲਜ ਚੇਂਜ ਨਹੀਂ ਹੋਣਾ। ਜਿਹੜੀ ਯੂਨੀਵਰਸਿਟੀ ਪੜ੍ਹਨ ਗਏ ਹੋ ਤੁਸੀਂ, ਜੇ ਉੱਥੇ ਯੂਨੀਵਰਸਿਟੀ ਬਦਲਦੇ ਹੋ ਤੁਹਾਨੂੰ ਵੀਜ਼ਾ ਦੁਬਾਰਾ ਸ਼ੁਰੂ ਤੋਂ ਅਪਲਾਈ ਕਰਨਾ ਪਏਗਾ, ਉਹੀ ਦੁਬਾਰਾ ਫਿਰ ਫੰਡ ਲਾਉਣੇ ਪੈਣਗੇ। ਸੋ ਇੱਥੇ ਗੱਲ ਖਿਆਲ ਰੱਖਿਓ, ਜਿਹੜੀ ਯੂਨੀਵਰਸਿਟੀ ਦਾਖਲਾ ਮਿਲ ਗਿਆ ਤੁਹਾਡੀ ਸਪੋਂਸਰਡ ਉਹ ਯੂਨੀਵਰਸਿਟੀ ਹੈ, ਤੁਹਾਡੇ ਵੀਜ਼ੇ ਦੇ ਉੱਪਰ ਉਹ ਸ਼ਰਤ ਲਿਖੀ ਹੋਣੀ, ਤੁਸੀਂ ਯੂਨੀਵਰਸਿਟੀ ਚੇਂਜ ਨਹੀਂ ਕਰ ਸਕਦੇ, ਅਗਰ ਯੂਨੀਵਰਸਿਟੀ ਬਦਲਣੀ ਪਈ ਜਾ ਕੇ ਫਿਰ ਦੁਬਾਰਾ ਵੀਜ਼ਾ ਅਪਲਾਈ ਕਰਕੇ ਆਉਣਾ ਪੈਣਾ ਤੁਹਾਨੂੰ ਇੰਡੀਆ। ਇਸ ਕਰਕੇ ਯੂਨੀਵਰਸਿਟੀ ਬਦਲੀ ਨਹੀਂ ਜਾਣੀ, ਐਂਡ ਉਸ ਯੂਨੀਵਰਸਿਟੀ ਬਕਾਇਆ ਫੀਸ ਤੁਹਾਨੂੰ ਭਰਨੀ ਪੈਣੀ ਜਿੱਥੇ ਤੁਸੀਂ ਵੀਜ਼ਾ ਸਟੇਟਸ ਨੂੰ ਆਪਣਾ ਐਕਟਿਵ ਕਰਕੇ ਰੱਖਣਾ। ਇੱਥੋਂ ਤਾਂ ਬੰਦਾ ਜ਼ਰੂਰ ਕਹਿ ਕੇ ਭੇਜੂਗਾ 4 ਲੱਖ ਯੂਕੇ ਪਹੁੰਚੋ, ਬਟ ਉਸ ਪਤੰਦਰ ਨੂੰ ਇਹ ਪੁੱਛੋ ਵੀ ਜਾ ਕੇ ਜਾਂਦਾ ਫਿਰ 6 ਲੱਖ ਰੁਪਈਆ ਕਿਹੜਾ ਉੱਥੇ ਪਲੇਟ 'ਚ ਪਾ ਕੇ ਤੁਹਾਨੂੰ ਬੰਦਾ ਦੇ ਦੇਗਾ, ਉਹ ਫਿਰ ਘਰੋਂ ਮੰਗਾਉਣੇ ਪੈਣੇ। ਸੋ ਇੱਥੋਂ ਜਿਹੜੇ ਬੱਚੇ ਨੇ ਜਾਣਾ, ਘੱਟੋ ਘੱਟ 1 ਸਮੈਸਟਰ ਦੀ ਫੀਸ ਭਰ ਕੇ ਜ਼ਰੂਰ ਜਾਓ। ਫੰਡ ਨੂੰ ਲੈ ਕੇ ਕੋਈ ਜੁਗਾੜਬੰਦੀ ਕਰਨ ਦੀ ਕੋਸ਼ਿਸ਼ ਨਾ ਕਰੋ, ਅਗਰ ਤੁਹਾਡੇ ਕੋਲ 10-12 ਲੱਖ ਰੁਪਏ ਹੈਗਾ ਫੀਸਾਂ ਭਰਨ ਜੋਗਾ, ਤੁਹਾਡੇ ਮਾਂ ਪਿਓ ਤੁਹਾਡਾ ਅਫੋਰਡ ਕਰ ਸਕਦੇ ਪੈਸਾ, ਤਾਂ ਯੂਕੇ ਵਾਲੇ ਪਾਸੇ ਮੂੰਹ ਕਰੋ, ਅਦਰਵਾਈਜ਼ ਬਥੇਰੀਆਂ ਇਹੋ ਜਿਹੀਆਂ ਸਕੀਮਾਂ ਤੁਹਾਨੂੰ ਆਉਣ ਦੇ ਦਿਨਾਂ 'ਚ ਹੋਰ ਮਿਲ ਜਾਣੀਆਂ। ਮੈਨੂੰ ਫਿਰ ਸਮਾਂ ਯਾਦ ਆ ਰਿਹਾ, ਪਿਛਲੇ ਦਸੰਬਰ ਜਨਵਰੀ 2019 ਜਦੋਂ ਸ਼ੁਰੂ ਹੋਇਆ ਸੀ ਨਵਾਂ, ਤਾਂ ਉਦੋਂ ਬੋਲਣਾ ਸ਼ੁਰੂ ਕੀਤਾ ਸੀ ਆਉਣ ਵਾਲਾ ਸਮਾਂ ਹੁਣ ਯੂਕੇ ਦਾ ਹੋਏਗਾ, ਜਦੋਂ ਸਭ ਤੋਂ ਪਹਿਲਾਂ ਜੁਲਾਈ 'ਚ ਸੈਮੀਨਾਰ ਕੀਤੇ ਆਰ ਐਸ ਗੋਬਲ ਨੇ, ਉਸ ਤੋਂ ਬਾਅਦ ਹੁਣ ਯੂਕੇ ਸੈਮੀਨਾਰਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ, ਅੱਗੇ ਅੱਗੇ ਹੁਣ ਹੋਰ ਦੇਖਿਓ ਹਿਸਟਰੀ ਫਿਰ ਰਿਪੀਟ ਹੋਏਗੀ। ਬਟ ਆਵਾਮ, ਅਗਰ ਬੱਚਾ ਸਿਆਣਾ ਹੋ ਜਾਏਗਾ, ਬੱਚੇ ਦੇ ਮਾਂ ਪਿਓ ਸਿਆਣੇ ਹੋ ਜਾਣਗੇ, ਤਾਂ ਇਹੋ ਜਿਹੇ ਦੌਰ ਦੁਆਰਾ ਰਿਪੀਟ ਨਹੀਂ ਹੋਣਗੇ। ਯੂਕੇ ਪੜ੍ਹਨ ਜਾਣਾ, 12ਵੀਂ ਪਾਸ ਹੋ, ਤੁਹਾਡੇ 60% ਨੰਬਰ ਹੈ, ਤੁਹਾਡੇ ਕੋਲ ਯੂਨੀਵਰਸਿਟੀ ਐਡਮਿਸ਼ਨ ਲੈਟਰ ਹੈਗੀ ਹੈ, 30 ਪੁਆਇੰਟ ਕੈਸ਼ ਲੈਟਰ ਦੇ ਆ, 10 ਪੁਆਇੰਟ ਫੰਡ ਦੇ ਆ, ਦੁਨੀਆ ਦੀ ਕੋਈ ਤਾਕਤ ਵੀਜ਼ਾ ਫਿਊਜ਼ ਨਹੀਂ ਕਰ ਸਕਦੀ। ਆਰ ਐਸ ਗੋਬਲ ਦਾ ਸਕਸੈਸ ਰੇਟ 100% ਹੈ, ਅੱਜ ਤੱਕ ਇੱਕ ਸਿੰਗਲ ਵੀਜ਼ਾ ਵੀ ਰਿਫਿਊਜ਼ ਨਹੀਂ ਹੋਇਆ, ਚਾਹੇ ਸਟੂਡੈਂਟ ਦੀ ਗੱਲ ਕਰਾਂ, ਚਾਹੇ ਮੈਂ ਉਹਦੇ ਸਪਾਊਸ ਦੀ ਗੱਲ ਕਰਾਂ, ਚਾਹੇ ਬੱਚਿਆਂ ਦੀ ਗੱਲ ਕਰਾਂ, ਜਿਹੜਾ ਸਟੂਡੈਂਟ ਗ੍ਰੈਜੂਏਟ ਹੈ ਕੇਵਲ ਉਹੀ ਸਪਾਊਸ ਨਾਲ ਖੜ ਸਕਦਾ ਜੀ। ਮੈਂ ਬਹੁਤ ਸਾਰੇ ਕੇਸਾਂ 'ਚ ਵੇਖਦਾ ਜਿਹਨੇ ਕੁੜੀ ਨੇ GNM ਕੀਤੀ ਹੈ ਜਾਂ ਕਿਸੇ ਨੇ ਪੋਲੀਟੈਕਨਿਕ ਦਾ ਡਿਪਲੋਮਾ ਕੀਤਾ, ਉਹਨੂੰ ਵੀ ਸਪਾਊਸ ਨਾਲ ਖੜਨ ਦੇ ਵਾਅਦੇ ਕੀਤੇ ਜਾਂਦੇ ਆ। ਜਿਹੜਾ ਸਟੂਡੈਂਟ ਮਾਸਟਰਸ ਪ੍ਰੋਗਰਾਮ ਪੜ੍ਹਨ ਚੱਲਿਆ ਕੇਵਲ ਉਹੀ ਸਪਾਊਸ ਨਾਲ ਜਾ ਪਾਊਗਾ, ਉਹੀ ਕੰਮ ਕਰਨ ਦੀ ਪਰਮਿਸ਼ਨ ਨਾਲ ਜਾ ਪਾਊਗਾ, ਹੋਰ ਕੋਈ ਸਪਾਊਸ ਨਾਲ ਨਹੀਂ ਜਾਣਾ। ਇਹ ਹੋਰਨਾਂ ਕੰਟਰੀ ਵਾਂਗ ਕੈਨੇਡਾ ਵਾਂਗੂ ਨਹੀਂ ਗਾ ਕਿ ਬਾਅਦ 'ਚ ਜਾ ਕੇ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰ ਲਓਗੇ, ਟੂਰਿਸਟ ਵੀਜ਼ਾ ਮਿਲਣਾ ਉਹ ਵੀ ਬੱਚੇ ਦੇ ਆਪਣੇ ਬਿਹਾਫ 'ਤੇ। ਇਸ ਕਰਕੇ ਜੇ ਮਾਸਟਰ ਡਿਗਰੀ ਪੜ੍ਹਨ ਨਹੀਂ ਚੱਲੇ, ਛੋਟੇ ਕੋਰਸ 'ਚ ਜਾ ਰਹੇ ਹੋ, ਬੈਚਲਰ ਡਿਗਰੀ ਜਾ ਰਹੇ ਹੋ, ਸਪਾਊਸ ਵਾਲੇ ਪਾਸੇ ਸੋਚਣ ਦੀ ਵੀ ਲੋੜ ਨਹੀਂ, ਮੁੜ ਕੇ ਜਾ ਕੇ 3 ਸਾਲ ਮੀਆਂ ਬੀਬੀ ਨੂੰ ਵੱਖ ਰਹਿਣਾ ਪੈਣਾ, ਪ੍ਰੋਬਲਮ ਆਊਗੀ। ਸੋ ਸਪਾਊਸ ਜਾਣਾ ਤਾਂ ਸਟੂਡੈਂਟ ਸ਼ੁੱਡ ਬੀ ਗ੍ਰੈਜੂਏਟ, ਵਿਦਾਊਟ ਆਇਲਸ ਜਾਣਾ ਤਾਂ ਅੰਗਰੇਜ਼ੀ ਨੂੰ 60% ਨੰਬਰ ਚਾਹੀਦੇ ਆ, ਤੁਹਾਡੇ ਖਾਤਿਆਂ 'ਚ 12-14 ਲੱਖ ਰੁਪਏ 28 ਦਿਨ ਪੁਰਾਣਾ ਪਿਆ, ਅਗਰ ਆਹ ਚੀਜ਼ਾਂ ਤੁਹਾਡੇ ਕੋਲ ਜੈਨੂਨ ਤੌਰ 'ਤੇ ਅਵੇਲੇਬਲ ਹੈ, ਫਿਰ ਯੂਕੇ ਦੇ ਜਿਹੜੇ ਮਰਜ਼ੀ ਕੰਸਲਟੈਂਟ ਨੂੰ ਜਾ ਕੇ ਕੇਸ ਲਵਾ ਲਓ, ਬਟ ਇੰਨਾ ਜ਼ਰੂਰ ਚੈੱਕ ਕਰ ਲਿਓ ਉਸ ਕੰਸਲਟੈਂਟ ਦਾ ਪਿਛਲਾ ਆਪਣਾ 10 ਸਾਲ ਦਾ ਰਿਕਾਰਡ ਕੀ ਆ, ਅੱਜ ਤੱਕ ਕਿੰਨੇ ਕੁ ਸਕਸੈਸ ਸਟੋਰੀ ਉਹਨੇ ਕ੍ਰੀਏਟ ਕੀਤੀਆਂ। ਸਾਡੀ ਫੀਸ ਲੋਕਾਂ ਨਾਲੋਂ 10-20 ਹਜ਼ਾਰ ਵੱਧ ਜ਼ਰੂਰ ਹੋ ਸਕਦੀ ਹੈ, ਕਿਉਂਕਿ ਅਸੀਂ ਕਿਸੇ ਯੂਨੀਵਰਸਿਟੀ ਦੇ ਕਮਿਸ਼ਨ ਬੇਸਿਸ 'ਤੇ ਕੰਮ ਨਹੀਂ ਕਰਨਾ, ਅਸੀਂ ਆਪਣੀ ਕੰਪਨੀ ਦੀ ਫੀਸ ਤੁਹਾਡੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਲੈਣੀ ਹੈ। ਅੱਜ ਕੋਈ 10 ਹਜ਼ਾਰ ਲੈਂਦਾ, ਅਸੀਂ 20 ਹਜ਼ਾਰ ਲਵਾਂਗੇ, ਪਰ ਲਵਾਂਗੇ ਉਹਦੇ ਜਿੱਦਣ ਵੀਜ਼ਾ ਲੱਗੂਗਾ, ਤਾਂ ਕਿ ਤੁਹਾਨੂੰ ਇੱਕ ਸੱਚੀ ਇਨਫੋਰਮੇਸ਼ਨ ਦੇ ਕੇ ਚੰਗੇ ਭਵਿੱਖ ਵੱਲ ਤੋਰਿਆ ਜਾ ਸਕੇ। ਸਾਡੇ ਕੋਲ ਤਕਰੀਬਨ 13 ਇਹੋ ਜਿਹੇ ਕਾਲਜਸ ਆ ਜਿਨ੍ਹਾਂ 'ਚ ਫੀਸ ਅਸੀਂ ਭਰ ਰਹੇ ਹਾਂ, ਬੱਚੇ ਕੋਲ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਹਾਂ। ਬਾਕੀ ਅਗਰ ਬੱਚੇ ਨੇ 6 ਬੈਂਡ ਈਚ ਹੈ, ਉਹਨੇ ਆਪਣੀ ਮਰਜ਼ੀ ਨਾਲ ਕਿਸੇ ਸਰਕਾਰੀ ਕਾਲਜ ਕਿਸੇ ਯੂਨੀਵਰਸਿਟੀ ਜਾਣਾ, ਬੱਚਾ ਆਪਣੀ ਫੀਸ ਆਪ ਭਰੇਗਾ, ਅਸੀਂ ਆਪਣੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ। ਬਟ ਉਹ ਵਾਲੇ ਵਿਦਿਆਰਥੀ ਸਾਡੇ ਕੋਲ ਜ਼ਿਆਦਾ ਆ ਰਹੇ ਜਿਨ੍ਹਾਂ ਦੇ ਇੱਕ ਮੋਡਿਊਲ 'ਚੋਂ 5.5 ਰਹਿ ਗਏ। ਹਾਂ, ਪਿਛਲੇ ਸੋਮਵਾਰ ਦੀ
ਸਰਕਾਰੀ ਕਾਲਜ ਦਾਖਲਾ ਲਿਆ, ਨੌਰਦਰਨ ਕਾਲਜ ਐਡਮਿਸ਼ਨ ਲੈ ਕੇ ਵੀਜ਼ਾ ਦੋ ਵਾਰ ਰਿਫਿਊਜ਼ ਕਰਾਤਾ ਏਜੰਟ ਨੇ, ਗਲਤ ਕੋਰਸ ਲੈ ਕੇ ਬੈਕ ਟੂ ਬੈਕ ਦੋ ਵਾਰ ਅਪਲਾਈ ਕਰ ਦਿੱਤਾ। ਅੱਜ ਉਹ ਬੱਚਾ ਸਾਡੇ ਕੋਲ ਵੀਜ਼ਾ ਅਪਲਾਈ ਕਰਨਾ ਹੈ ਕਿਉਂਕਿ ਉਹਨੂੰ ਪਤਾ ਕਿ ਰਿਫਿਊਜ਼ਲ ਕੇਸਾਂ 'ਚ ਐਕਸਪਰਟ ਹੈ। ਸੋ ਜੇ ਤੁਹਾਡਾ ਪਹਿਲਾਂ ਵੀਜ਼ਾ ਰਿਫਿਊਜ਼ ਹੋ ਚੁੱਕਿਆ, ਚਾਹੇ ਸਰਕਾਰੀ ਕਾਲਜ ਤੋਂ ਚਾਹੇ ਪ੍ਰਾਈਵੇਟ ਕਾਲਜ ਤੋਂ, ਚਾਹੇ ਬੈਂਡ ਤੁਹਾਡੇ 6 ਈਚ ਹੈ ਜਾਂ ਇੱਕ ਮੋਡਿਊਲ 'ਚੋਂ 5.5 ਹੈ, ਤੁਹਾਡੀ ਪੜ੍ਹਾਈ 'ਚ ਗੈਪ ਪੈ ਗਿਆ ਜਾਂ ਤੁਹਾਡੇ ਨੰਬਰ 50% ਤੋਂ ਘੱਟ ਹੈ, ਆਰ ਐੱਸ ਗਲੋਬਲ ਇਮੀਗ੍ਰੇਸ਼ਨ ਵਾਅਦਾ ਕਰਦਾ ਜਿਹੜੇ ਕਾਲਜ ਤੁਹਾਨੂੰ ਅਸੀਂ ਟੋਰੋਂਟੋ, ਬ੍ਰੈਂਪਟਨ, ਹੈਮਿਲਟਨ, ਮਿਸੀਸਾਗਾ 'ਚ ਦੇ ਰਹੇ ਹਾਂ ਜਾਂ ਮੌਂਟਰੀਅਲ ਦੇ ਰਹੇ ਹਾਂ, ਉਹਨਾਂ ਦਾਖਲਾ ਕਰਾਵਾਂਗੇ, ਸਾਲ ਦੀ ਫੀਸ ਅਸੀਂ ਭਰਾਂਗੇ, ਤੁਹਾਡੇ ਤੋਂ ਇੱਕ ਨਿੱਕੀ ਚਵਾਨੀ ਪਹਿਲਾਂ ਨਹੀਂ ਲੈਣੀ, ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਅਗਰ ਇੱਕ ਮੋਡਿਊਲ 'ਚ 5.5 ਬੈਂਡ ਹੈ ਜਾਂ 6 ਬੈਂਡ ਈਚ ਹੈ, ਆਰ ਐੱਸ ਗਲੋਬਲ ਦਾ ਸਕਸੈਸ 100% ਹੈ। ਜੇ ਮੈਂ ਯੂਕੇ ਦੀ 100% ਸਕਸੈਸ ਦੀ ਗੱਲ ਕਰ ਰਿਹਾ ਤਾਂ ਕੈਨੇਡਾ ਦੀ ਵੀ 100% ਸਕਸੈਸ ਰੇਟ ਦੀ ਗੱਲ ਕਰ ਰਿਹਾ। ਇੱਕ ਸਿੰਗਲ ਵੀਜ਼ਾ ਸਾਡਾ ਹੁਣ ਤੱਕ ਪਿਛਲੇ ਬੈਚਾਂ 'ਚ ਰਿਫਿਊਜ਼ ਨਹੀਂ ਹੋਇਆ। ਤੁਸੀਂ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਰੂਲ ਬਦਲਣ ਤੋਂ ਪਹਿਲਾਂ ਅਗਰ ਆਪਣੇ ਭਵਿੱਖ ਨੂੰ ਰਚਨਾਉਣਾ ਚਾਹੁੰਦੇ ਹੋ, ਜਲੰਧਰ, ਮੋਹਾਲੀ, ਨਵਾਂਸ਼ਹਿਰ, ਇਹਨਾਂ ਤਿੰਨਾਂ ਥਾਵਾਂ 'ਤੇ ਮੇਰੇ ਦਫ਼ਤਰ ਅਵੇਲੇਬਲ ਆ ਤੁਹਾਡੀ ਸੇਵਾ ਲਈ। 70509 70500 ਇਸ ਨੰਬਰ 'ਤੇ ਕਾਲ ਕਰਕੇ ਪਹਿਲਾਂ ਅਪਾਇੰਟਮੈਂਟ ਜ਼ਰੂਰ ਲੈ ਲਿਆ ਕਰੋ ਤਾਂ ਕਿ ਤੁਹਾਨੂੰ ਢੁੱਕਵਾਂ ਸਮਾਂ ਦਿੱਤਾ ਜਾ ਸਕੇ, ਤੁਹਾਡਾ ਵੀ ਸਮਾਂ ਖਰਾਬ ਨਾ ਹੋਵੇ ਔਰ ਸਾਡਾ ਵੀ ਸਮਾਂ ਖਰਾਬ ਨਾ ਹੋਵੇ। ਆਪਣੇ ਓਰੀਜਨਲ ਪੇਪਰ ਜ਼ਰੂਰ ਨਾਲ ਲੈ ਕੇ ਆਓ, ਜੇ ਕੋਈ ਜੋਬ ਕੀਤੀ, ਕੰਮ ਧੰਦਾ ਕੀਤਾ ਉਹਦੇ ਐਕਸਪੀਰੀਅੰਸ ਲੈਟਰ ਨਾਲ ਲੈ ਕੇ ਆਓ, ਔਰ ਆਪਣੇ ਘਰ 'ਚੋਂ ਆਪਣੇ ਵੱਡੇ ਪਰਿਵਾਰਕ ਮੈਂਬਰ, ਚਾਹੇ ਮਾਂ ਪਿਓ ਨੇ, ਚਾਹੇ ਵੱਡੇ ਭੈਣ ਭਰਾ ਨੇ, ਗਾਰਡੀਅਨ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ, ਕਿਉਂਕਿ ਉਹਨਾਂ ਨੂੰ ਇੱਕ ਸਹੀ ਅਤੇ ਗਲਤ ਦੀ ਪਹਿਚਾਣ ਕਰਨ ਵਿੱਚ, ਫੈਸਲਾ ਲੈਣ 'ਚ ਤੁਹਾਨੂੰ ਇੱਕ ਸਹੀ ਫੈਸਲਾ ਜਾਂ ਸਹੀ ਤੁਹਾਨੂੰ ਸਲਾਹ ਮਸ਼ਵਰਾ ਜ਼ਰੂਰ ਦੇ ਸਕਦੇ ਨੇ। ਜੀ, ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਆਰ ਐੱਸ ਗਲੋਬਲ ਦੇ ਵੀਜ਼ਾ ਐਕਸਪਰਟ ਸੁਖਜੈਨ ਸਿੰਘ ਰਾਹੀ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ 70509 70509 ਨੰਬਰ 'ਤੇ ਕਾਲ ਕਰ ਸਕਦੇ ਹੋ, 7050970509 70509 70509। ਸੋ ਇਹ ਸਭ ਇੱਕ ਚੀਜ਼ ਹੋਰ ਦੱਸੋ, ਆਪਾਂ ਗੱਲਾਂ ਤਾਂ ਕਰ ਲਈਆਂ ਕਿ ਯੂਕੇ ਜਾਣ ਲੱਗੇ ਕਿਹੜੀ ਕਿਹੜੀ ਗੱਲਾਂ ਧਿਆਨ ਰੱਖੀਏ, ਯੂਕੇ ਵੀਜ਼ਾ ਰਿਫਿਊਜ਼ ਕਿੰਨਾ ਗੱਲਾਂ ਨੂੰ ਲੈ ਕੇ ਹੋ ਸਕਦਾ? ਆਪਾਂ ਕਹਿੰਦੇ ਕਿ 40 ਪੁਆਇੰਟ ਦਾ ਵੀਜ਼ਾ ਮਿਲਦਾ, 30 ਪੁਆਇੰਟ ਕੈਸ਼ ਦੇ, 10 ਪੁਆਇੰਟ ਫੰਡਾਂ ਦੇ, ਜੇ 40 ਤੇ 40 ਪੁਆਇੰਟ ਪੂਰੇ ਹੁੰਦੇ ਕੀ ਫਿਰ ਵੀ ਵੀਜ਼ਾ ਰਿਫਿਊਜ਼ਲ ਦੇ ਚਾਂਸਿਸ ਹੁੰਦੇ ਆ? ਨਹੀਂ, ਕਿਉਂਕਿ ਯੂਕੇ ਵਿੱਚ ਵੀਜ਼ਾ ਆਫਿਸਰ ਦੇ ਕੋਲ ਬੈਲੈਂਸ ਆਫ ਪ੍ਰੋਬੇਬਿਲਿਟੀ, ਜਿਵੇਂ ਕੈਨੇਡਾ ਜਾਂ ਆਸਟ੍ਰੇਲੀਆ 'ਚ ਕਹਿੰਦੇ ਕਿ ਬੱਚਾ ਨੌਨ ਜੀ ਟੀ ਏ ਦੇ ਬੇਸ 'ਤੇ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੇ, ਕਿਉਂਕਿ ਪਿਓਰਲੀ ਵੀਜ਼ਾ ਪੁਆਇੰਟ ਬੇਸ ਦੇ ਆਧਾਰ 'ਤੇ ਆ। ਹੁਣ ਵੀਜ਼ਾ ਰਿਫਿਊਜ਼ ਕਿੱਦਾਂ ਹੋ ਸਕਦਾ? ਤੁਸੀਂ ਫੇਕ ਪੇਪਰ ਲਾਇਆ, ਆਪਾਂ ਜਿਵੇਂ ਸ਼ੁਰੂਆਤ 'ਚ ਗੱਲ ਕੀਤੀ ਪ੍ਰੋਗਰਾਮ ਦੇ, ਤੁਸੀਂ ਫੇਕ ਪੇਪਰ ਲਾਤਾ 10ਵੀਂ ਦਾ, 12ਵੀਂ ਦਾ, BA ਦਾ, ਕੋਈ ਵੀ ਬੱਚੇ ਲਾ ਰਿਹਾ, ਕੋਈ ਵੀ ਲਗਾ ਰਿਹਾ, ਬੱਚਾ ਲਗਾ ਰਿਹਾ, ਏਜੰਟ ਲਾ ਰਿਹਾ, ਤੁਸੀਂ ਲਾ ਰਹੇ, ਕੋਈ ਵੀ ਲਾ ਰਹੇ ਹੋ, ਫੇਕ ਪੇਪਰ ਲੱਗਾ, ਯੂਨੀਵਰਸਿਟੀ ਨੇ ਗਲਤੀ ਨਾਲ ਤੁਹਾਨੂੰ ਆਫਰ ਲੈਟਰ ਜਾਰੀ ਕਰ ਦਿੱਤੀ, ਫੀਸ ਹੋਣ ਤੋਂ ਬਾਅਦ ਕੈਸ਼ ਜਾਰੀ ਕਰਤਾ, ਕਿਸੇ ਸਟੇਜ 'ਤੇ ਆ ਕੇ ਯੂਨੀਵਰਸਿਟੀ ਨੂੰ ਪਤਾ ਲੱਗਾ ਕਿ ਪੇਪਰ ਫੇਕ ਸੀ, ਆਪਣੀ ਉਹਨੇ ਐਡਮਿਸ਼ਨ ਵਿਦਡਰਾਅ ਕਰ ਲੈਣੀ ਹੈ, ਤੁਹਾਡਾ ਕੈਸ਼ ਵਿਦਡਰਾਅ ਹੋ ਗਿਆ, 30 ਪੁਆਇੰਟ ਤੁਹਾਡੇ ਕੱਟ ਗਏ, ਵੀਜ਼ਾ ਰਿਫਿਊਜ਼ ਹੋਏਗਾ। 10 ਪੁਆਇੰਟ ਤੋਂ ਵੀਜ਼ਾ ਕਿੱਥੇ ਕਿੱਥੇ ਰਿਫਿਊਜ਼ ਹੋ ਸਕਦਾ? ਤੁਹਾਡੇ ਖਾਤੇ 'ਚ 28 ਦਿਨ ਪੁਰਾਣਾ ਪੈਸਾ ਪਿਆ, ਜੋ ਤੁਸੀਂ 29ਵੇਂ ਦਿਨ ਫਾਈਲ ਲਗਾਈ ਔਰ ਉਹ ਤੁਹਾਡੇ ਫੰਡ ਪੂਰੇ ਅਵੇਲੇਬਲ ਨਹੀਂ ਸੀ। ਫੋਰ ਐਗਜ਼ਾਮਪਲ, ਤੁਹਾਨੂੰ 990,900 ਰੁਪਈਆ ਚਾਹੀਦਾ ਸੀ, ਅਗਰ ਵਿੱਚੋਂ 1 ਰੁਪਿਆ ਵੀ ਘੱਟ ਗਿਆ, 1 ਪਾਊਂਡ ਵੀ ਘੱਟ ਗਿਆ, ਜਿੰਨੀ ਮੇਨਟੇਨੈਂਸ ਦਿਖਾਉਣੀ ਹੈ, ਹੁਣ ਮੇਨਟੇਨੈਂਸ ਦਿਖਾਉਣੇ ਕਿੰਨੇ ਆ? ਸਾਲ ਦੀ ਫੀਸ ਵਿੱਚੋਂ ਜਿੰਨੀ ਫੀਸ ਪੇ ਕੀਤੀ ਹੈ, ਜਿੰਨੀ ਫੀਸ ਕੈਸ਼ ਲੈਟਰ 'ਤੇ ਲਿਖੀ, ਤੁਸੀਂ ਪ੍ਰੀਪੇਡ ਕਰ ਚੁੱਕੇ ਹੋ ਬਕਾਇਆ ਫੀਸ, ਅਤੇ ਜਿਹੜੇ ਸ਼ਹਿਰ ਪੜ੍ਹਨ ਚੱਲੇ ਉਸ ਸ਼ਹਿਰ ਦਾ ਰਹਿਣ ਦਾ ਖਰਚਾ, ਲੰਡਨ ਦੀ ਗੱਲ ਕਰਾਂ ਤਾਂ 11,000 ਪਾਊਂਡ, ਆਊਟ ਲੰਡਨ ਦੀ ਯੂਨੀਵਰਸਿਟੀ ਹੈ ਤਾਂ 9,135 ਪਾਊਂਡ, ਗੁਣਾ 90-92 ਰੁਪਏ ਨਾਲ ਕਰਕੇ ਜੋ ਵੀ ਰੁਪਈਏ ਬਣਦੇ ਆ, 12 ਲੱਖ ਬਣਦਾ, 13 ਬਣਦਾ, 14 ਬਣਦਾ, ਉਹ ਤੁਹਾਡੇ ਖਾਤੇ 'ਚ ਪਿਆ ਹੋਣਾ ਜ਼ਰੂਰੀ ਹੈ, ਪਲੱਸ ਬੈਂਕ ਸਟੇਟਮੈਂਟ ਦੇ ਨਾਲ ਬੈਲੈਂਸ ਸਰਟੀਫਿਕੇਟ ਲਾਉਣਾ ਜ਼ਰੂਰੀ ਹੈ, ਲਾਜ਼ਮੀ ਹੈ, ਜਿਹਦੇ 'ਚ ਬੈਂਕ ਮੈਨੇਜਰ ਦੀ ਸਟੈਂਪ, ਉਹਦੇ ਸਾਈਨ, ਲੈਟਰ ਹੈੱਡ ਉੱਤੇ ਸਰਟੀਫਿਕੇਟ ਐਂਡ ਡੇਟ ਮੈਂਸ਼ਨ ਹੋਣੀ ਜ਼ਰੂਰੀ ਹੈ, ਔਰ ਇਹ ਲਾਈਨ ਲਿਖੀ ਹੋਣੀ ਚਾਹੀਦੀ ਹੈ ਕਿ ਇਹ ਫੰਡ 28 ਦਿਨ ਪੁਰਾਣੇ ਹੈਗੇ ਨੇ ਔਰ ਬੱਚਾ ਆਪਣੇ ਐਜੂਕੇਸ਼ਨ ਲਈ ਕਿਸੇ ਵੀ ਟਾਈਮ ਕਢਵਾ ਕੇ ਵਰਤ ਸਕਦਾ। ਇਹਨਾਂ ਚੀਜ਼ਾਂ ਦੀ ਕਮੀ ਕਰਕੇ ਵੀਜ਼ਾ ਰਿਫਿਊਜ਼ ਹੁੰਦੇ, ਮੈਂ ਖੁਦ ਵੇਖੇ ਆ। ਪਲੱਸ ਯੂਕੇ BA ਦੀ ਵੈਬਸਾਈਟ 'ਤੇ ਜਾ ਕੇ ਵੇਖ ਲਓ ਤੁਸੀਂ, ਕਈ ਇਹੋ ਜਿਹੇ 15-16 ਬੈਂਕ ਨੇ ਜਿਨ੍ਹਾਂ ਨੂੰ ਬਲੈਕਲਿਸਟ ਕੀਤਾ, ਉਹਨਾਂ ਬੈਂਕਾਂ 'ਚ ਅਗਰ ਤੁਸੀਂ ਬੈਂਕ ਅਕਾਊਂਟ ਦੇ ਰਹੇ ਹੋ, ਉਹਨਾਂ ਬੈਂਕਾਂ 'ਚ ਪੈਸਾ ਪੁਆਇਆ, ਉਹਨਾਂ ਬੈਂਕਾਂ ਦੀ ਸਟੇਟਮੈਂਟ ਦੇ ਰਹੇ ਹੋ, ਤਾਂ ਡੈਫੀਨੇਟਲੀ ਵੀਜ਼ਾ ਰਿਫਿਊਜ਼ ਹੋ ਸਕਦਾ, ਜੋ ਬੈਂਕ ਅੰਬੈਸੀ ਦੀ ਵੈਬਸਾਈਟ ਵਿੱਚ ਗਾਈਡਲਾਈਨ ਦੇ ਮੁਤਾਬਕ ਨਹੀਂ ਹੈਗੇ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ। ਦੂਜੀ ਚੀਜ਼, ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੈ, ਅਗਰ 1 ਮਹੀਨਾ ਪੁਰਾਣੀ ਹੈ, ਤੁਸੀਂ ਅਗਰ ਬੈਂਕ ਸਟੇਟਮੈਂਟ 30 ਤਰੀਕ ਨੂੰ 1 ਤਰੀਕ ਨੂੰ ਉਠਾਈ ਸੀ ਔਰ ਦੁਬਾਰਾ ਤੁਸੀਂ ਕੇਸ ਲਗਾ ਰਹੇ ਹੋ ਅਗਲੀ 2 ਤਰੀਕ ਨੂੰ ਜਾ ਕੇ, 1 ਮਹੀਨੇ ਬਾਅਦ, ਪੂਰੇ 30 ਦਿਨਾਂ ਬਾਅਦ, ਅਗਰ ਤੁਹਾਡੀ ਬੈਂਕ ਸਟੇਟਮੈਂਟ ਦੀ ਜਿਹੜੀ ਡੇਟ ਹੈ ਉਹ 30 ਦਿਨ ਤੋਂ ਪੁਰਾਣੀ ਹੈ, ਤਾਂ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਇਹੋ ਜਿਹੀਆਂ ਕਈ ਨਿੱਕੀਆਂ ਨਿੱਕੀਆਂ ਟੈਕਨੀਕਲ ਗੱਲਾਂ ਨੇ ਜਿਹੜੀ ਸਿਰਫ ਉਸ ਕੰਸਲਟੈਂਟ ਨੂੰ ਪਤਾ ਜੋ ਪੁਰਾਣਾ 10 ਸਾਲ ਤੋਂ ਯੂਕੇ ਨਾਲ ਵਿਚਰਦਾ ਆ ਰਿਹਾ, ਜਾਂ ਖੁਦ ਯੂਕੇ ਤੋਂ ਪੜ੍ਹ ਕੇ ਆਇਆ, ਜਾਂ ਖੁਦ ਯੂਕੇ ਦੇ ਯੂਨੀਵਰਸਿਟੀ ਦੇ ਉਹਨੇ ਸੈਮੀਨਾਰ ਅਟੈਂਡ ਕੀਤੇ ਆ, ਖੁਦ ਯੂਕੇ ਦੀ ਅੰਬੈਸੀ ਦੇ ਉਹਨੇ ਨਾਲ ਤਾਲਮੇਲ ਬਣਾ ਕੇ ਰੱਖਿਆ। ਜਿਹੜੇ ਨਵੇਂ ਉੱਠੇ 2-4-6 ਮਹੀਨੇ ਤੋਂ ਕੰਸਲਟੈਂਟ ਆਪਣੇ ਆਪ ਨੂੰ ਅਖਬਾਰ 'ਚ ਫੋਟੋ ਲਵਾ ਕੇ ਜਾਂ ਫੇਸਬੁੱਕ 'ਤੇ ਲਾਈਵ ਹੋ ਕੇ ਵੀਜ਼ਾ ਐਕਸਪਰਟ ਕਹਾਉਂਦੇ ਆ, ਇੱਦਾਂ ਲਿਖਣ ਨਾਲ ਵੀਜ਼ਾ ਐਕਸਪਰਟ ਨਹੀਂ ਕਹਾਇਆ ਜਾਂਦਾ, ਤਜਰਬੇ ਨਾਲ ਵੀਜ਼ਾ ਐਕਸਪਰਟ ਕਹਾਇਆ ਜਾਂਦਾ। ਸੋ ਆਰ ਐੱਸ ਗਲੋਬਲ ਦੇ ਫੇਸਬੁੱਕ ਪੇਜ 'ਤੇ ਜ਼ਰੂਰ ਜਾਓ, ਯੂਟਿਊਬ ਚੈਨਲ 'ਤੇ ਜ਼ਰੂਰ ਜਾਓ, ਹੁਣ ਤੱਕ ਲੱਗੇ ਬੱਚਿਆਂ ਦੇ ਵੀਜ਼ੇ ਦੇਖੋ ਕਿ ਅਸੀਂ ਕਿੱਦਾਂ ਦੇ ਮਾੜੇ ਤੋਂ ਮਾੜੇ ਕੇਸ ਤੋਂ ਮੇਰਾ ਭਾਵ
ਤੁਹਾਡੇ ਅੰਗਰੇਜ਼ੀ ਨੰਬਰ 60% ਹੈ, ਓਵਰਆਲ ਚਾਹੇ 52% ਹੈ, ਤੁਸੀਂ ਵੀਜ਼ਾ ਲੈਣ ਦੇ ਹੱਕਦਾਰ ਹੋ। ਪਰ ਬਹੁਤ ਸਾਰੇ ਕੰਸਲਟੈਂਟ ਨੂੰ ਸ਼ਾਇਦ ਇਸ ਗੱਲ ਦਾ ਵੀ ਇਲਮ ਨਹੀਂ ਹੈ ਕਿ ਤੁਹਾਡੇ ਓਵਰਆਲ ਨੰਬਰ ਨਹੀਂ ਵੇਖੇ ਜਾਂਦੇ, ਕੇਵਲ ਤੁਹਾਡੇ ਅੰਗਰੇਜ਼ੀ ਨੰਬਰ ਵੇਖੇ ਜਾਂਦੇ। ਸੋ ਡਿਟੇਲ 'ਚ ਸਲਾਹ ਚਾਹੁੰਦੇ ਹੋ, ਯੂਕੇ ਪੜ੍ਹਨ ਜਾਣ ਲਈ ਪੜ੍ਹਾਈ ਤੋਂ ਬਾਅਦ ਕਿਵੇਂ ਵਰਕ ਪਰਮਿਟ ਔਰ ਕਿਵੇਂ ਬਾਅਦ 'ਚ PR ਦਾ ਰਸਤਾ ਤੈਅ ਕੀਤਾ ਜਾ ਸਕਦਾ, ਕਿਹੜੇ ਐਪਲੀਕੈਂਟ ਲਈ ਕਿਹੜਾ ਕੋਰਸ ਅਵੇਲੇਬਲ ਹੈ, 30 ਤੋਂ ਉੱਪਰ ਸਰਕਾਰੀ ਯੂਨੀਵਰਸਿਟੀਆਂ ਸਾਡੇ ਕੋਲ ਅਵੇਲੇਬਲ ਹੈ, ਚਾਹੇ ਲੰਡਨ ਹੈ, ਚਾਹੇ ਬਰਮਿੰਗਮ ਹੈ, ਚਾਹੇ ਗਲਾਸਗੋ ਹੈ, ਚਾਹੇ ਲੈਸਟਰ ਹੈ, ਹਰ ਸ਼ਹਿਰ 'ਚ ਜਿੱਥੇ ਤੁਹਾਡੇ ਭੈਣ ਭਰਾ, ਤੁਹਾਡਾ ਦੋਸਤ, ਤੁਹਾਡੇ ਰਿਸ਼ਤੇ ਰਹਿੰਦੇ ਨੇ, ਤੁਸੀਂ ਉਹਨਾਂ ਸ਼ਹਿਰਾਂ 'ਚ ਆਪਣੀ ਮਨ ਮਰਜ਼ੀ ਦਾ ਕੋਰਸ ਲੈ ਕੇ ਜਾ ਸਕਦੇ ਹੋ। ਇੱਕੋ ਗੱਲ ਦਿਮਾਗ 'ਚ ਰੱਖਿਓ, RS ਗਲੋਬਲ ਕੋਲੋਂ ਅਪਲਾਈ ਕਰੋ, ਕਿਸੇ ਵੀ ABC ਗਲੋਬਲ ਤੋਂ ਅਪਲਾਈ ਕਰੋ, ਕੇਵਲ ਔਰ ਕੇਵਲ ਯੂਨੀਵਰਸਿਟੀ ਪੜ੍ਹਨ ਜਾਣਾ, ਕੇਵਲ ਔਰ ਕੇਵਲ ਡਿਗਰੀ 'ਚ ਪੜ੍ਹਨ ਜਾਣਾ, ਕਿਉਂਕਿ ਪਾਰਟ ਟਾਈਮ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਕੇਵਲ ਯੂਨੀਵਰਸਿਟੀ 'ਚ ਡਿਗਰੀ ਵਾਲੇ ਬੱਚੇ ਨੂੰ ਹੈ। ਜੇ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਜਾਂ ਕਿਸੇ ਡਿਪਲੋਮੇ ਜਾਂਦੇ ਹੋ, 100 ਪਿੱਛੇ 2 ਵੀਜ਼ੇ ਲੱਗ ਵੀ ਜਾਂਦੇ ਆ, ਪਾਰਟ ਟਾਈਮ ਕੰਮ ਕਰਨ ਦੀ ਪਰਮਿਸ਼ਨ ਨਹੀਂ, ਬਾਅਦ ਵਾਲੇ PR ਦੀ ਗੱਲ ਤਾਂ ਕਰਨੀ ਬੜੀ ਦੂਰ ਦੀ ਹੈ। ਸੋ ਬਾਅਦ 2 ਸਾਲ ਦਾ ਵਰਕ ਪਰਮਿਟ ਕੇਵਲ ਉਸੇ ਬੱਚੇ ਨੂੰ ਮਿਲੇਗਾ ਜਿਹਨੇ ਬੈਚਲਰ ਡਿਗਰੀ 3 ਸਾਲਾਂ ਦੀ ਜਾਂ ਮਾਸਟਰ ਡਿਗਰੀ 1.5 ਸਾਲ ਵਾਲੀ ਪਾਸ ਕੀਤੀ ਹੈ। ਡਿਪਲੋਮੇ ਵਾਲੇ ਬੱਚਿਆਂ ਨੂੰ UK 'ਚ ਅਪਲਾਈ ਕਰਨ ਦਾ ਸਿਰਫ ਔਰ ਸਿਰਫ ਪੈਸਾ ਖਰਾਬ ਕਰਨ ਤੋਂ ਇਲਾਵਾ ਹੋਰ ਕੋਈ ਨਹੀਂ ਮਿਲਣਾ। ਜੀ, ਸੋ ਸੁਖਚੈਨ ਸਿੰਘ ਰਾਹੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ, ਕਿਰਪਾ 2 ਮਿੰਟ ਦਾ ਸਮਾਂ ਬਚਿਆ ਹੈ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ 70509 70509 ਨੰਬਰ 'ਤੇ ਕਾਲ ਕਰ ਸਕਦੇ ਹੋ, 7050970509 UK ਜਾਣਾ ਚਾਹੁੰਦੇ ਹੋ, 12ਵੀਂ ਪਾਸ ਹੋ, 60% ਨੰਬਰ ਅੰਗਰੇਜ਼ੀ 'ਚੋਂ, ਓਵਰਆਲ ਚਾਹੇ 50% ਨੰਬਰ ਆ ਜਾ ਸਕਦੇ ਹੋ, ਸਿੰਗਲ ਹੋ, ਮੈਰਿਡ ਹੋ, ਤੁਸੀਂ ਮੈਰਿਡ ਹਸਬੈਂਡ ਵਾਈਫ ਨੇ ਜਾਣਾ ਹੈ, ਸਪਾਊਸ ਕੇਸ 'ਤੇ ਜਾਣਾ ਹੈ, ਅਤੇ ਜਿਹੜਾ ਮੇਨ ਐਪਲੀਕੈਂਟ ਆ ਉਹ ਗ੍ਰੈਜੂਏਟ ਹੋਣਾ ਚਾਹੀਦਾ ਹੈ। ਜਿਹੜਾ ਸਪਾਊਸ ਆ ਉਹਨੂੰ ਫੁੱਲ ਟਾਈਮ ਵਰਕਿੰਗ ਰਾਈਟਸ ਹੋਣਗੇ, ਜਿਹੜਾ ਮੇਨ ਐਪਲੀਕੈਂਟ ਉਹ 20 ਘੰਟੇ ਕੰਮ ਕਰ ਸਕਦਾ ਹੈ। 2-4-5 ਸਾਲ ਦਾ ਸਟੱਡੀ ਗੈਪ ਆ, ਗੈਪ 'ਚ ਕੀਤਾ ਕੀ ਹੈ, ਜਸਟੀਫਾਈ ਕਰ ਦਿਓ ਤਾਂ UK ਦਾ ਵੀਜ਼ਾ ਜ਼ਰੂਰ ਮਿਲੂਗਾ। ਸੋ ਰਾਈ ਸਾਹਿਬ 2 ਮਿੰਟ ਦਾ ਸਮਾਂ ਬਚਿਆ, 2 ਮਿੰਟ ਦਾ ਵੀ ਇਨਫੈਕਟ 1 ਮਿੰਟ ਦਾ ਸਮਾਂ ਬਚਿਆ ਜਾਂਦਾ, ਕੈਨੇਡਾ ਜਾਣ ਵਾਲੇ ਬੱਚੇ ਥੋੜ੍ਹੀ ਜਾਣਕਾਰੀ ਦਿੱਤੀ, ਜਨਵਰੀ ਸੈਸ਼ਨ ਲਈ ਕੀ ਹੁਣ ਦਾਖਲੇ ਖੁੱਲ ਚੁੱਕੇ ਨੇ? ਕੁਛ ਪ੍ਰਾਈਵੇਟ ਕਾਲਜ ਵਿੱਚ ਔਰ ਕੁਛ ਯੂਨੀਵਰਸਿਟੀ ਦਾਖਲੇ ਖੁੱਲ੍ਹੇ ਨੇ ਜਿਨ੍ਹਾਂ 'ਚ ਵਰਕ ਪਰਮਿਟ ਦੀ ਪਰਮਿਸ਼ਨ ਹੈਗੀ ਹੈ, ਚਾਹੇ ਉਹ ਪ੍ਰਾਈਵੇਟ ਕਾਲਜ ਆ ਚਾਹੇ ਉਹ ਯੂਨੀਵਰਸਿਟੀ ਹੈਗੀ, ਉਸ ਬੱਚੇ ਨੂੰ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਜ਼ਰੂਰ ਮਿਲੇਗਾ। ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਕੋਈ ਕਾਲਜ ਦੀ ਫੀਸ, ਕੋਈ ਸਾਡੀ ਕੰਪਨੀ ਦੀ ਫੀਸ ਪਹਿਲਾਂ ਨਹੀਂ ਲਈ ਜਾਏਗੀ, ਪੈਸੇ ਉਸ ਦਿਨ ਜਿੱਦਣ ਵੀਜ਼ਾ ਲੱਗੇਗਾ। ਇਸ ਤੋਂ ਇਲਾਵਾ ਬਹੁਤ ਸਾਰੇ ਸਵਾਲ ਬੱਚਿਆਂ ਦੇ ਆਏ ਸੀ ਜਿਹੜੇ ਜਾਪਾਨ ਪੜ੍ਹਨ ਜਾਣਾ ਚਾਹੁੰਦੇ ਨੇ। ਅਪ੍ਰੈਲ ਦਾ ਇਨਟੇਕ ਅਸੀਂ ਕਲੋਜ਼ ਕਰ ਚੁੱਕੇ, ਹੁਣ ਅੱਗੇ ਜੁਲਾਈ ਦਾ ਇਨਟੇਕ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਜਾਪਾਨ ਇੱਕ ਇਹੋ ਜਿਹਾ ਐਕਸਕਲੂਸਿਵ ਪ੍ਰੋਡਕਟ ਆ RS ਗਲੋਬਲ ਦੇ ਕੋਲ, ਜੋ ਪੂਰੇ ਨਾਰਥ ਇੰਡੀਆ 'ਚ ਕੇਵਲ RS ਗਲੋਬਲ ਨਹੀਂ, ਫੇਸਬੁੱਕ 'ਤੇ ਹੁਣ ਤੱਕ 100 ਤੋਂ ਉੱਪਰ ਵੀਜ਼ਾ ਲੱਗਾ ਦਿਖਾਇਆ। 12ਵੀਂ ਜਮਾਤ ਪਾਸ ਹੋ, ਪੜ੍ਹਾਈ 4-5 ਸਾਲ ਦਾ ਗੈਪ ਹੈ, ਜਾਪਾਨ 'ਚ ਪੜ੍ਹ ਕੇ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪੜ੍ਹਾਈ ਦੇ ਨਾਲ 28 ਘੰਟੇ ਕੰਮ ਕਰਨ ਦੀ ਪਰਮਿਸ਼ਨ ਹੈ, ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ। ਜਿਹੜੇ 100-125 ਬੱਚੇ ਉੱਥੇ ਪਹੁੰਚ ਚੁੱਕੇ ਨੇ, ਪੈਸੇ ਕਮਾ ਰਹੇ ਨੇ, ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਨੇ, ਉਹਨਾਂ ਦੇ ਫੇਸਬੁੱਕ ID 'ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੂਨ ਜੁਲਾਈ ਦਾ ਇਨਟੇਕ ਸਾਡਾ ਚੱਲਦਾ ਪਿਆ, ਇਸ ਟਾਈਮ ਸਾਲ ਦੀ ਫੀਸ ਵਿੱਚ ਇਨਕਲੂਡ ਹੈ, ਰਹਿਣ ਸਹਿਣ ਖਾਣ ਪੀਣ ਤੁਹਾਡਾ ਵਿੱਚ, ਰਹਿਣ ਸਹਿਣ ਦੀ ਤੁਹਾਡੀ ਫੈਸਿਲਿਟੀ ਵਿੱਚ ਇਨਕਲੂਡ ਹੈ, ਐਂਡ ਇੰਟਰਵਿਊ ਦੀ ਤਿਆਰੀ ਬੱਚੇ ਨਾਲ ਕਰਾਈ ਜਾਂਦੀ ਹੈ। ਜਾਪਾਨ ਸਾਡੇ ਕੋਲ ਇੱਕ ਐਕਸਕਲੂਸਿਵ ਪ੍ਰੋਡਕਟ ਹੈ, ਜਿੱਥੇ ਬੱਚਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਤੋਂ ਬਾਅਦ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਸੁਪਨਾ ਸਜਾ ਸਕਦਾ ਹੈ। 70509 70509 'ਤੇ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ ਸਾਡੇ ਯੂਟਿਊਬ ਚੈਨਲ ਨੂੰ ਲਾਈਕ ਕਰਕੇ, ਫੇਸਬੁੱਕ ਪੇਜ ਨੂੰ ਲਾਈਕ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦਾ। UK ਕੈਨੇਡਾ, ਨਿਊਜ਼ੀਲੈਂਡ, US, ਆਸਟ੍ਰੇਲੀਆ, ਜਾਪਾਨ, ਸਾਊਥ ਕੋਰੀਆ, ਰਸ਼ੀਆ, ਦੁਬਈ, ਕਿਸੇ ਵੀ ਮੁਲਕ ਦੇ ਸਟੱਡੀ ਵੀਜ਼ਾ ਸੰਬੰਧੀ ਕੋਈ ਜਾਣਕਾਰੀ ਚਾਹੁੰਦੇ ਹੋ, 70509 70509 ਨੰਬਰ 'ਤੇ ਕਾਲ ਕਰ ਸਕਦੇ। ਫਿਲਹਾਲ ਜਾ ਚਾਹੁੰਦੇ ਹਾਂ, ਰਾਈ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਮੇਰਾ ਨਾਮ ਹਰਪ੍ਰੀਤ ਸਿੰਘ ਹੈ, ਮੈਂ ਨਕੋਦਰ ਤੋਂ ਬਿਲੋਂਗ ਕਰਦਾ, ਅਤੇ ਮੈਂ 2013 ਵਿੱਚ ਆਪਣੀ BTECH ਮਕੈਨੀਕਲ ਪਾਸ ਆਊਟ ਕੀਤੀ। ਉਸ ਤੋਂ ਬਾਅਦ ਮੇਰਾ ਇੱਦਾਂ ਗੈਪ ਬਹੁਤ ਜ਼ਿਆਦਾ ਹੋ ਗਿਆ, 6 ਸਾਲਾਂ ਹੋ ਗਿਆ ਸੀਗਾ, ਅਤੇ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਕਿ RS ਗਲੋਬਲ ਵਿੱਚ ਬੀਟਿੰਗ ਹੋ ਜਾਵੇ, ਅਤੇ ਉਹਨਾਂ ਨੇ ਮੈਨੂੰ ਸਰਵਿਸਿਜ਼ ਬੜੀਆਂ, ਕਾਉਂਸਲਿੰਗ ਬਹੁਤ ਵਧੀਆ ਪ੍ਰੋਵਾਈਡ ਕੀਤੀ, ਅਤੇ ਮੈਂ ਨਾ ਤੁਹਾਨੂੰ ਆਪਣੀ ਫਾਈਲ ਦਿੱਤੀ ਵੀਜ਼ੇ ਦੀ, ਅਤੇ ਲਓ ਵੀ 1 ਮੰਥ ਦੇ ਅੰਡਰ ਹੀ ਮੇਰਾ ਵੀਜ਼ਾ ਆ ਗਿਆ, ਤੁਸੀਂ ਦੇ ਸਕਦੇ ਹੋ ਮੇਰਾ ਵੀਜ਼ਾ, ਅਤੇ ਮੈਂ ਇਹਨਾਂ ਦੀ ਸਰਵਿਸ ਤੋਂ ਬਹੁਤ ਹੈਪੀ ਹਾਂ। ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਕਿ ਤੁਸੀਂ RS ਗਲੋਬਲ ਦੀ ਟੀਮ ਪੜਾਓ, ਅਤੇ ਇਹਨਾਂ ਦੀ ਸਰਵਿਸ ਬਹੁਤ ਬੈਟਰ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਕਸ਼ਰ ਬਾਸ਼ਾ ਹੈ, ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ, ਅਤੇ ਮੈਂ ਆਪਣੀ ਸਟੱਡੀਜ਼ ਗ੍ਰੈਜੂਏਸ਼ਨ 2016 'ਚ ਕੰਪਲੀਟ ਕੀਤੀ ਵਿਦ 49%, ਐਂਡ ਦੈਨ ਮੈਂ ਆਈਲਸ ਕੀਤੀ, ਐਂਡ ਆਈ ਹੈਵ ਸਕੋਰਡ 6.5 ਬੈਂਡਸ। ਦੈਨ ਮੈਂ RS ਗਲੋਬਲ ਵਿਜ਼ਿਟ ਕੀਤਾ, ਅਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਲਵਾਇਆ ਕਿ IAS ਸਾਡਾ ਵੀਜ਼ਾ ਲੈ ਕੇ ਦੇ ਸਕਦੇ ਨੇ, ਬਾਕੀ ਸਾਰੇ ਕੰਸਲਟੈਂਟਸ ਨੇ ਮੈਨੂੰ ਮਨ੍ਹਾ ਕਰ ਦਿੱਤਾ ਸੀ। ਸੋ ਦੈਟਸ ਵਾਈ ਮੈਂ ਇਹਨਾਂ ਦੇ ਕੋਲ ਇਹਨਾਂ ਦੀ ਟੀਮ ਨੂੰ ਮਿਲਿਆ, ਅਤੇ ਆਪਣਾ ਫਾਈਲਿੰਗ ਕੀਤੀ। ਵਿਦਇਨ 2 ਮੰਥਸ ਮੇਰਾ ਵੀਜ਼ਾ ਆ ਗਿਆ। ਮੈਂ ਬੜਾ ਹੈਪੀ ਹਾਂ ਕਿ ਮਤਲਬ RS ਗਲੋਬਲ ਦੀ ਟੀਮ ਨੇ ਮੇਰਾ ਸਪੋਰਟ ਕੀਤਾ ਅਤੇ ਸਾਡਾ ਵੀਜ਼ਾ ਆ ਗਿਆ। ਹੈਲੋ ਐਵਰੀਵਨ, ਮਾਈ ਨੇਮ ਇਜ਼ ਸੁਖਚੈਨ ਸਿੰਘ, ਆਈ ਐਮ ਫਰੋਮ ਸ਼੍ਰੀ ਮੁਕਤਸਰ ਸਾਹਿਬ, ਐਂਡ ਆਈ ਅਪਲਾਈਡ ਫੋਰ ਮਾਈ ਕੈਨੇਡਾ ਸਟੱਡੀ ਵੀਜ਼ਾ, ਐਂਡ ਫਰੋਮ RS ਗਲੋਬਲ ਇਮੀਗ੍ਰੇਸ਼ਨ। ਆਈ ਨੋ ਅਬਾਊਟ RS ਗਲੋਬਲ ਇਮੀਗ੍ਰੇਸ਼ਨ ਥਰੂ ਇੰਸਟਾਗ੍ਰਾਮ, ਐਂਡ ਆਈ ਵਿਜ਼ਿਟ ਇਨ ਦ RS ਗਲੋਬਲ ਇਮੀਗ੍ਰੇਸ਼ਨ ਆਫਿਸ, ਐਂਡ ਦ ਸਟਾਫ ਮੈਂਬਰਸ ਅਪਲਾਈਡ ਮਾਈ ਕੈਨੇਡਾ
and I recommend to all of you, please also visit us in RS Global Immigration Office if you want to go abroad for your further studies. And my name is Gurpreet Kaur. I basically belong to an older city. Well, I am very glad to happy I got Canada study visa through RS Global Immigration. I got 6.5 bands in IELTS. Then I applied my file through RS Global. The whole process done very good. And in the last, I got Canada study visa. And I recommend to all students and the person to visit here and get their desired. Sat Sri Akal, my name is Ranjan Singh. I am from Tamil Nadu. I am from Ajmer. My Canada visa is from me. I am very happy. 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 I am ਮੈਂ ਆਪਣੀ ਪਲੱਸ ਟੂ 2017 ਵਿੱਚ ਕੰਪਲੀਟ ਕੀਤੀ ਸੀ ਤਾਂ ਉਸ ਤੋਂ ਬਾਅਦ ਮੈਂ ਆਈਲੈਟਸ ਕੀਤੀ ਤਾਂ ਮੇਰੇ 6 ਓਵਰਆਲ ਐਂਡ ਨੋਟ ਲੈਸ ਦੈਨ 5.5 ਬੈਂਡ ਸੀ ਅਤੇ ਮੈਂ ਇੱਥੇ 5 ਲਗਵਾਉਣ ਲਈ ਆਇਆ ਤਾਂ ਇਹਨਾਂ ਮੈਨੂੰ ਸਹੀ ਸੁਜੈਸਟ ਕੀਤਾ ਕਿ ਮੈਂ ਆਈਲੈਟਸ ਦੁਬਾਰਾ ਕਰਾਂ ਤਾਂ ਕਿ ਮੈਂ ਵਧੀਆ ਬੈਂਡ ਸਕੋਰ ਪ੍ਰਾਪਤ ਕਰ ਸਕਾਂ ਤਾਂ ਮੈਂ ਇੱਥੇ ਆਈਲੈਟਸ ਕੀਤੀ ਤਾਂ ਮੇਰੇ ਓਵਰਆਲ 6.5 ਐਂਡ ਨੋਟ ਲੈਸ ਦੈਨ 6 ਬੈਂਡ ਆਏ ਆਫਟਰ ਦੈਟ ਆਈ ਅਪਲਾਈਡ ਫੋਰ ਕੈਨੇਡਾ ਵੀਜ਼ਾ ਐਂਡ ਟੂਡੇ ਆਈ ਗੋਟ ਮਾਈ ਕੈਨੇਡਾ ਵੀਜ਼ਾ ਐਂਡ ਮੈਂ ਆਰਐਸ ਗਲੋਬਲ ਤੇ ਰਾਈ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੈਨੂੰ ਵੀਜ਼ਾ ਦਵਾਇਆ। ਹੈਲੋ ਐਵਰੀਵਨ, ਮਾਈ ਨੇਮ ਇਜ਼ ਗੁਰਲੀਨ ਸਿੰਘ ਔਲਖ ਐਂਡ ਆਈ ਐਮ ਫਰੋਮ ਜਲੰਧਰ ਐਂਡ ਰੀਸੈਂਟਲੀ ਆਈ ਪਾਸ ਮਾਈ ਗ੍ਰੈਜੂਏਸ਼ਨ ਇਨ 2018 ਐਂਡ ਦੈਨ ਆਈ ਪ੍ਰਿਪੇਅਰ ਫੋਰ ਮਾਈ ਆਈਐਲਟੀਐਸ ਐਗਜ਼ਾਮ ਇਨ ਵਿੱਚ ਆਈ ਗੋਟ 6 ਬੈਂਡ ਓਵਰਆਲ ਇਨ ਵਨ ਮੈਡੂਲ 5.5 ਐਂਡ ਦੈਨ ਆਈ ਸੋ ਵੀਡੀਓ in on YouTube about RS Global and then I visit to RS Global and I consult about my file and then they give faith for to me that you got your visa in you got your visa in 2 months and then I apply my file from RS Global and after 2 months I got my visa and today I got my visa and I am very happy and I am very thankful to RS Global team. The staff members are very polite and helpful and I suggest everyone that if anyone interested for filing our file in any country, so they visit office. Sat Sri Akal, mera naam Harkiran Kaur hai, main Jalandhar to belong karti haan. ਮੈਂ ਆਪਣੀ ਗ੍ਰੈਜੂਏਸ਼ਨ ਬੀ ਐੱਸ ਸੀ ਨੋਨ ਮੈਡੀਕਲ ਸਟਰੀਮ ਵਿੱਚ 2018 ਵਿੱਚ ਪਾਸ ਕੀਤੀ ਸੀ ਅਤੇ ਮੈਂ 65% ਮਾਰਕਸ ਗੈਟ ਕੀਤੇ ਸੀ। ਉਸ ਤੋਂ ਬਾਅਦ ਮੈਂ ਆਈਲੈਟਸ ਕੀਤੀ ਅਤੇ ਮੇਰੇ ਓਵਰਆਲ 6 ਬੈਂਡ ਨੋਟ ਲੈਸ ਦੈਨ 5.5 ਬੈਂਡ ਆਏ। ਇਸ ਤੋਂ ਬਾਅਦ ਮੈਂ ਆਪਣੀ ਫਰੈਂਡ ਦੀ ਮਦਦ ਦੇ ਨਾਲ ਆਰਐਸ ਗਲੋਬਲ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਆਈ ਅਤੇ ਮੈਨੂੰ ਇੱਥੋਂ ਦੀ ਟੀਮ ਨੇ ਬਹੁਤ ਵਧੀਆ ਗਾਈਡ ਕੀਤਾ ਐਂਡ ਮੈਂ ਆਈ ਅਪਲਾਈ ਮਾਈ ਫਾਈਲ under the RS Global Immigrations and now I got my visa. I am really thankful to all the team members of the RS Global. I suggest to all to visit the RS Global and got a visa.